ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਬਰਾ ਵਿਖੇ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੀ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਅਹਿਮ ਮੁੱਦਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਉਪਰੰਤ ਗੱਲਬਾਤ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਤੇ ਸੂਬਾ ਮੀਤ ਪ੍ਰਧਾਨ ਸੁਖਵੰਤ ਸਿੰਘ ਦੁਬਲੀ, ਜ਼ਿਲ੍ਹਾ ਵਿੱਤ ਸਕੱਤਰ ਸਾਹਿਬ ਸਿੰਘ ਸਬਰਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਸਾਰਸ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਦੇ ਨਾਲ MSP ਗਰੰਟੀ ਕਾਨੂੰਨ ਤੇ ਹੋਰ ਕਈ ਕਾਨੂੰਨ ਜੋ ਕਿ ਪੈਂਡਿੰਗ ਪਏ ਹਨ ਉਹਨਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਸੀ, ਪਰ 2 ਸਾਲ ਬੀਤਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਨੇ ਇਹ ਵਾਅਦੇ ਪੂਰੇ ਨਹੀਂ ਕੀਤੇ ਤਾਂ ਕਿਸਾਨਾਂ ਵੱਲੋਂ ਫਿਰ ਤੋਂ ਦਿੱਲੀ ਵੱਲ ਨੂੰ ਕੂਚ ਕੀਤਾ ਜਾ ਰਿਹਾ। ਰਸਤੇ ਵਿੱਚ ਕਿਸਾਨਾਂ ਨੂੰ ਹਰਿਆਣਾ ਦੇ ਬਾਰਡਰ ਤੇ ਹੀ ਕੇਂਦਰ ਦੀ ਸਰਕਾਰ ਵੱਲੋਂ ਰੋਕ ਕੇ ਉਹਨਾਂ ਉੱਤੇ ਅਥਰੂ ਗੈਸ ਦੇ ਗੋਲੇ ਤੇ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚ ਕਈ ਕਿਸਾਨ ਜ਼ਖਮੀ ਹੋਏ, ਕਈ ਕਿਸਾਨਾਂ ਦੀ ਜਾਨ ਚਲੀ ਗਈ। ਇਸ ਤੋਂ ਬਾਅਦ ਕਿਸਾਨਾਂ ਨੇ ਇੱਕ ਮੰਚ ਤੇ ਇਕੱਤਰ ਹੁੰਦੇ ਹੋਏ ਅਗਲੀ ਰਣਨੀਤੀ ਤੈਅ ਕੀਤੀ ਹੈ ਕਿ ਪੂਰੇ ਦੇਸ਼ ਅੰਦਰੋਂ ਕਿਸਾਨ ਰੇਲ ਗੱਡੀਆਂ, ਬੱਸਾਂ ਆਦਿ ਵਾਹਨਾਂ ਤੇ ਦਿੱਲੀ ਵੱਲ ਨੂੰ ਕੂਚ ਕਰਨਗੇ ਤੇ 10 ਮਾਰਚ ਨੂੰ ਪੂਰੇ ਦੇਸ਼ ਦੇ ਅੰਦਰ 12 ਤੋਂ ਲੈ ਕੇ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ। ਉਹਨਾਂ ਨੇ ਆਖਿਆ ਕਿ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ, ਅੰਮ੍ਰਿਤਸਰ, ਜਲੰਧਰ, ਕਪੂਰਥਲਾ ਤੇ ਫਿਰੋਜ਼ਪੁਰ ਦੀਆਂ ਰੇਲਾਂ ਰੋਕੇਗੀ, ਜਿਸ ਕਰਕੇ ਉਹਨਾਂ ਵੱਲੋਂ ਅੱਜ ਇਹ ਕੋਰ ਕਮੇਟੀ ਦੀ ਮੀਟਿੰਗ ਕਰਕੇ ਵੱਡਾ ਐਲਾਨ ਕੀਤਾ ਗਿਆ। ਅੱਜ ਤਰਨਤਾਰਨ ਜ਼ਿਲ੍ਹੇ ਤੇ ਜਿਹੜੀ ਮੀਟਿੰਗ ਹੈ, ਤਰਨਤਾਰਨ ਬਾਬਾ ਵੀਰ ਸਿੰਘ ਜੀ ਸ਼ਹੀਦ ਵੱਡੇ ਪਿੰਡ ਸਭਰਾ ਪੜਾਵਾਂ ਤੇ ਹੋਈ ਆ, ਔਰ ਇੱਕ ਕੱਲ੍ਹ ਵੀ ਮੀਟਿੰਗ ਬਾਕੀ ਜ਼ਿਲ੍ਹਿਆਂ ਦੇ ਲੀਡਰਾਂ ਨਾਲ ਰੱਖੀ ਗਈ ਸੀ, ਔਰ ਉਹਦੇ 'ਤੇ ਲਗਭਗ ਜਦੋਂ ਤੋਂ ਵੀ ਦਿੱਲੀ ਵਾਲਾ ਮੋਰਚਾ ਜਿਹੜਾ ਵਾ, ਦਿੱਲੀ ਕੂਚ ਕਰੋ, 12 ਤਰੀਕ ਤੋਂ ਜੁਝਾਰੂ ਕਿਸਾਨ ਆਪੋ ਆਪਣੇ ਪਿੰਡਾਂ 'ਚੋਂ, ਘਰਾਂ 'ਚੋਂ, ਨਗਰਾਂ 'ਚੋਂ ਨਿਕਲੇ, ਔਰ 3 ਮੋਰਚੇ ਵੱਡੇ ਪੱਧਰ 'ਤੇ ਚੱਲ ਰਹੇ ਆ। ਇੱਕ ਮੋਰਚਾ ਆਪਣਾ ਖਨੌਰੀ ਆ, ਇੱਕ ਮੋਰਚਾ ਸ਼ੰਭੂ ਆ, ਔਰ ਇੱਕ ਫਤਿਹਾਬਾਦ ਦੇ ਵਿੱਚ ਹਰਿਆਣੇ ਦੇ ਵਿੱਚ ਚੱਲ ਰਿਹਾ। 2 ਜਿਹੜੇ ਆ ਜਿਹੜੀਆਂ ਹਰਿਆਣੇ ਦੀਆਂ ਖਾਪਾਂ, ਉਹ ਵੱਖ ਵੱਖ ਪਲਾਜ਼ਿਆਂ 'ਤੇ ਵੀ ਜਿਹੜੇ ਮੋਰਚੇ ਚੱਲ ਰਹੇ ਆ, ਕਰੀਬ 5 ਕੁ ਮੋਰਚੇ ਜਿਹੜੇ ਆ ਭਾਰਤ ਲੈਵਲ 'ਤੇ ਚੱਲ ਰਹੇ ਆ, ਔਰ ਉਹਦੇ 'ਤੇ ਲਗਾਤਾਰ 12 ਮੰਗਾਂ 'ਤੇ ਜਿਹੜੀ ਕੇਂਦਰ ਸਰਕਾਰ ਨੂੰ ਲੱਗਦੀਆਂ ਵਾ ਕਿ ਜਿਹੜੀਆਂ ਜਨਤਕ ਲੋਕਾਂ ਦੀਆਂ ਔਰ ਕਿਸਾਨਾਂ ਦੀਆਂ, ਉਹ 12 ਮੰਗਾਂ 'ਤੇ ਮੋਰਚੇ ਜਿਹੜੇ ਚੱਲਣ ਰਹੇ ਆ, ਔਰ ਉਹਦੇ 'ਚੋਂ ਇੱਕ KMM ਵੱਲੋਂ ਅਤੇ ਕਿਸਾਨ ਮੋਰਚੇ ਵੱਲੋਂ, ਗੈਰ ਰਾਜਨੀਤਿਕ ਮੋਰਚੇ ਵੱਲੋਂ, ਦੋਨਾਂ ਫੋਰਮਾਂ ਵੱਲੋਂ ਮੀਟਿੰਗ ਕਰਕੇ, ਔਰ ਕੱਲ੍ਹ ਤੋਂ 6 ਤਰੀਕ ਤੋਂ ਵੱਖ ਵੱਖ ਰਾਜਾਂ ਤੋਂ ਜਿਹੜੇ ਕਿਸਾਨ ਆਪਣੀਆਂ ਬੱਸਾਂ 'ਤੇ ਔਰ ਰੇਲ ਗੱਡੀਆਂ 'ਤੇ ਪੈਦਲ ਮਾਰਚ ਜਿਹੜੇ ਉਹ ਦਿੱਲੀ ਨੂੰ ਕੂਚ ਕਰਨਗੇ, ਔਰ ਹਰਿਆਣਾ ਪੰਜਾਬ ਨੂੰ ਛੱਡ ਕੇ, ਔਰ 10 ਤਰੀਕ ਨੂੰ ਪੂਰੇ ਭਾਰਤ ਅੰਦਰ ਜਿੱਥੇ ਜਿੱਥੇ ਵੀ ਜਥੇਬੰਦੀਆਂ ਦੀ ਸਮਰੱਥਾ ਹੋਈ, ਔਰ ਉੱਥੇ ਉੱਥੇ 10 ਤਰੀਕ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀਆਂ ਵਾ ਰੇਲਾਂ ਦਾ ਚੱਕਾ ਜਾਮ ਕੀਤਾ ਜਾਊਗਾ, ਔਰ ਜਿਹਦੇ 'ਚ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿੰਮੇਵਾਰੀ 4 ਪੁਆਇੰਟਾਂ 'ਤੇ ਲੱਗੀ ਆ, ਤਰਨ ਤਾਰਨ, ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਜਲੰਧਰ, ਔਰ 4 ਜਗ੍ਹਾਵਾਂ 'ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ 12 ਵਜੇ ਤੋਂ ਲੈ ਕੇ ਔਰ 4 ਵਜੇ ਤੱਕ ਟ੍ਰੇਨਾਂ ਰੋਕੇਗੀ, ਔਰ ਸਰਕਾਰ ਨੂੰ ਇਹ ਦੱਸੇਗੀ ਕਿ ਇਹ ਜਿਹੜਾ ਵਾ ਜਵਾਬ ਆ ਤੁਹਾਨੂੰ ਲਿਖਤੀ ਜਿਹੜਾ ਸੰਜੇ ਅਗਰਵਾਲ ਵੱਲੋਂ ਔਰ ਕੇਂਦਰ ਸਰਕਾਰ ਵੱਲੋਂ ਬਕਾਇਆ ਮੰਗਾਂ ਜਿਹੜਾ ਪੂਰਤੀ ਕਰਨ ਵਾਸਤੇ, ਇਹਦਾ ਹੱਲ ਕੱਢਣ ਵਾਸਤੇ ਜਿਹੜਾ ਵਾ ਤੁਹਾਨੂੰ ਮਜਬੂਰ ਹੋਣਾ ਪਊਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪ੍ਰਧਾਨ ਜੀ, ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਤੁਹਾਡੇ ਵੱਲੋਂ, ਕੀ ਸੰਬੰਧ ਵਿੱਚ ਕੀਤੀ ਗਈ ਜੀ?
ਅੱਜ ਮੀਟਿੰਗ ਤੁਹਾਨੂੰ ਪਤਾ ਹੀ ਆ ਜੀ, ਦਿੱਲੀ ਅਤੇ ਜੋ ਆਪਣਾ ਹਰਿਆਣੇ ਦੇ ਸਰਹੱਦ ਦੇ ਉੱਤੇ ਦਿੱਲੀ ਨੂੰ ਕੂਚ ਕੀਤਾ ਸੀ, ਜੋ ਆਪਾਂ ਜੋ ਹਰਿਆਣੇ ਉੱਤੇ ਸਾਡੇ ਕਿਸਾਨ ਹਰਿਆਣੇ ਵਾਲੇ ਬਾਰਡਰ 'ਤੇ ਡੱਕ ਲਏ ਆ, ਉਹ ਅਜੇ ਸਾਡੀਆਂ ਜਥੇਬੰਦੀਆਂ ਦਿੱਲੀ ਨੂੰ ਕੂਚ ਕੀਤਾ ਸੀ ਪਰ ਉਹਨਾਂ ਨੂੰ ਬਾਰਡਰ ਲੰਘਣ ਦਿੱਤਾ, ਇਸ ਕਰਕੇ ਅਸੀਂ ਹੁਣ ਪੰਜਾਬ ਦੇ ਵਿੱਚ ਰੇਡ ਰੋਕੂ ਪ੍ਰੋਗਰਾਮ ਕੀਤਾ ਹੈ। 10 ਤਰੀਕ ਨੂੰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਅਸੀਂ 4 ਥਾਵਾਂ 'ਤੇ ਰੇਲਾਂ ਰੋਕਾਂਗੇ ਔਰ ਸਰਕਾਰ ਨੂੰ ਦੱਸਾਂਗੇ ਵੀ ਜੇ ਆਪਦੇ ਜਬਰ ਤੋਂ ਨਾ ਹਟੀ ਤਾਂ ਸਬਰ ਦਾ ਜੰਗ, ਜਬਰ ਦਾ ਵਿਰੋਧ ਕਿਵੇਂ ਕੀਤਾ ਜਾਂਦਾ ਹੈ। ਅਸੀਂ ਇਹ ਸਰਕਾਰ ਨੂੰ ਚੇਤਾਵਨੀ ਵੀ ਦੇਣੀ ਚਾਹੁੰਦੇ ਹਾਂ ਕਿ ਉਹ ਆਪਣੀ ਇਹਨਾਂ ਗੱਲਾਂ ਤੋਂ ਬਾਜ ਆਵੇ ਅਤੇ ਕਿਸਾਨਾਂ ਦੀਆਂ ਹੱਕਾਂ ਦੀ ਮੰਗਾਂ ਕਿਸਾਨਾਂ ਨੂੰ ਦੇਵੇ ਅਤੇ ਕਿਸਾਨਾਂ ਦਾ ਮਸਲਾ ਹੱਲ ਕਰਕੇ ਫੌਰੀ ਕਿਸਾਨਾਂ ਨੂੰ ਵਾਪਸ ਕੀਤਾ ਜਾਵੇ। ਇੰਨਾ ਹੀ ਤੁਹਾਡੇ ਮਾਧਿਆਰਿਆਂ ਨੂੰ ਕਹਿੰਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪ੍ਰਧਾਨ ਜੀ, ਮੀਟਿੰਗ ਕੀਤੀ ਗਈ, ਕਿਹੜੇ ਸੰਬੰਧ ਕੀਤੀ ਗਈ? ਮੀਟਿੰਗ ਜੋ ਮੋਦੀ ਸਰਕਾਰ ਆ ਉਹ ਪਿਛਲਿਆਂ ਵਾਅਦਿਆਂ ਤੋਂ ਜਿਹੜੀਆਂ ਮੁੱਕਰ ਗਈ ਆ, ਜਦੋਂ ਦਿੱਲੀ ਦੇ ਵਿੱਚ ਮੋਰਚਾ ਲੱਗਾ ਸੀ ਅਤੇ ਦੁਬਾਰਾ ਹੁਣ ਖਨੌਰੀ ਬਾਰਡਰ 'ਤੇ ਦੁਬਾਰਾ ਜਿਹੜੇ ਆ ਕਿਸਾਨ ਫਿਰ ਮੋਦੀ ਸਰਕਾਰ ਦੇ ਖਿਲਾਫ ਧਰਨਾ ਲਾ ਕੇ ਬੈਠੇ ਆਪਣੀਆਂ 12 ਹੱਕੀ ਮੰਗਾਂ ਨੂੰ ਲੈ ਕੇ, ਅਤੇ ਉਹ ਜਿਹੜੀ ਸਰਕਾਰ ਦੀ ਹਜੇ ਤੱਕ ਕੰਨ 'ਤੇ ਜੂ ਨਹੀਂ ਸਰਕੀ। ਹੁਣ ਜਿਹੜੀ ਆ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਕੋਟਬੁੱਢਾ ਗੈਰ ਰਾਜਨੀਤਿਕ ਮੋਰਚਾ, ਇਹਨਾਂ ਵੱਲੋਂ 10 ਤਰੀਕ ਨੂੰ 12 ਵਜੇ ਤੋਂ ਲੈ ਕੇ ਅਤੇ ਸ਼ਾਮੀ 4 ਵਜੇ ਰੇਲਾਂ ਜ਼ਿਲ੍ਹਾ ਫਿਰੋਜ਼ਪੁਰ, ਜ਼ਿਲ੍ਹਾ ਅੰਮ੍ਰਿਤਸਰ ਸਾਹਿਬ, ਤਰਨ ਤਾਰਨ, ਮੋਗਾ ਅਤੇ ਕਪੂਰਥਲਾ ਜਲੰਧਰ ਦੇ ਵਿੱਚ 4 ਥਾਵਾਂ 'ਤੇ ਜਿਹੜੀ ਹੈ ਰੇਲ ਦਾ ਬੰਦ ਕੀਤੀ ਜਾਊਗੀ। ਹਾਂਜੀ ਪ੍ਰਧਾਨ ਜੀ, ਅੱਜ ਮੀਟਿੰਗ ਕੀਤੀ ਗਈ, ਕਿਹੜੇ ਸੰਬੰਧ ਕੀਤੀ ਗਈ? ਜੋ ਅੱਜ ਦੀ ਮੀਟਿੰਗ ਸ਼ਾਨ ਸ਼ੰਬੀ ਕੋਟ ਬੁਢਾਲੋ ਸਭਰਾਮ ਨਗਰ 'ਚ ਕੀਤੀ ਗਈ ਆ, ਉਹ ਜੀ ਇੱਕ ਤਾਂ ਜੋ ਆਪਣਾ 12 ਤਰੀਕ ਤੋਂ 12 ਫਰਵਰੀ ਤੋਂ ਚੱਲ ਰਿਹਾ ਮੋਰਚਾ ਖਨੌਰੀ ਬਾਰਡਰ 'ਤੇ, ਸੰਭੂ ਬਾਰਡਰ 'ਤੇ, ਉਹਦੀਆਂ ਲਗਾਤਾਰ ਤਿਆਰੀਆਂ ਪਿੰਡਾਂ ਦੇ ਵਿੱਚੋਂ ਜਿੱਦਾਂ ਬੰਦੇ ਪਹਿਲੇ ਉਹਨਾਂ ਦੀ ਬਦਲਿੰਗ ਵਾਸਤੇ ਇਹ ਵੱਡੇ ਪੱਧਰ 'ਤੇ ਤਿਆਰੀ ਕੀਤੀ ਗਈ ਆ। ਦੂਜੀ ਜੋ 10 ਤਰੀਕ ਨੂੰ ਰੇਲ ਰੋਕੋ ਹੋਏ ਆ ਪਿੱਛੋਂ, ਉਹਨਾਂ ਦੀ ਤਿਆਰੀ ਕੀਤੀ ਗਈ ਵੀ ਰੇਲ ਰੋਕੀਆਂ 4 ਥਾਵਾਂ 'ਤੇ ਆਪਣੀ ਜਥੇਬੰਦੀ ਨੂੰ ਹੁਕਮ ਮਿਲਿਆ, 4 ਥਾਵਾਂ 'ਤੇ ਆਪਾਂ 4 ਜ਼ਿਲ੍ਹਿਆਂ ਦੇ ਵਿੱਚ ਰੇਲਾਂ ਰੁਕਾਂਗੇ, ਇਹ ਸਭ ਤਿਆਰੀਆਂ ਕੀਤੀਆਂ ਗਈਆਂ। ਸੈਂਟਰ ਸਰਕਾਰ ਨਾਲ ਜਿਹੜਾ ਵੱਡੇ ਪੱਧਰ 'ਤੇ ਜਿਹੜਾ ਵਾ ਸਾਡਾ ਸੰਘਰਸ਼ ਆ ਉਹ ਤੇਜ਼ ਕਰਕੇ ਆਪਣੀਆਂ ਮੰਗਾਂ ਨੂੰ ਵਧਾਂਗੇ। ਧੰਨਵਾਦ।